ਕੀ ਕਹਿ ਤੇ ਤਰੇ ਸਾਂ ਤਾਰਾ ਸਿੰਘ ਨਾ ਆਖ ਮੈਨੂੰ ਇਹ ਨਾ ਤੇ ਮੈਨੂੰ ਪਾਲਣ ਵਾਲੇ ਨੇ ਦਿੱਤਾ ਸੀ ਉਹ ਯਾਰ। ਅਸਲਾਮ ਅਲੈਕੁਮ ਨਾਜ਼ਰੀਨ, ਮੈਂ ਤਾਰਕ ਸਾਨੀ ਤੇ ਤੁਸੀਂ ਵੇਖ ਰਹੇ ਮੇਰੇ ਯੂਟਿਊਬ ਚੈਨਲ ਰੈਬਰ ਇੰਟਰਟੇਨਮੈਂਟ ਪਲੱਸ। ਫਿਲਮਾਂ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਰਹੇ ਹਾਂ। ਇੱਕ ਫਿਲਮ ਦਾ ਨਾਮ ਹੈ ਇਮਾਨ ਤੇ ਫਰੰਗੀ। ਇੱਕ ਉਸ ਦੌਰ ਦੀ ਹੈ ਜਿਸ ਦੌਰ ਹੀ ਸੁਲਤਾਨ ਰਹੀ ਬਤੌਰ ਹੀਰੋ ਕੰਮ ਕਰਦਾ ਸੀ ਔਰ ਬੜੀ ਹੀ ਕਾਮਯਾਬੀ ਹਾਸਲ ਕਰਦਾ ਸੀ। ਸਭ ਤੋਂ ਪਹਿਲੇ ਮੈਂ ਤੁਹਾਡੇ ਇੱਕ ਖਿਦਮਤ ਦੀ ਪੇਸ਼ ਕਰਨਾ ਇਮਾਨ ਤੇ ਫਰੰਗੀ। 3 ਜੂਨ 1984 ਬਰੋਜ਼ ਜਿਮਾ ਰਿਲੀਜ਼ ਹੋਣ ਵਾਲੀ ਇੱਕ ਰੰਗੀਨ ਪੰਜਾਬੀ ਫਿਲਮ ਇਮਾਨ ਤੇ ਫਰੰਗੀ। ਇਸ ਫਿਲਮ ਨੂੰ ਜ਼ਮਰ ਪਿਕਚਰ ਨੇ ਰਿਲੀਜ਼ ਕੀਤਾ ਸੀ ਅਤੇ ਇਸ ਫਿਲਮ ਦਾ ਮੌਜੂ ਵੀ ਐਕਸ਼ਨ, ਲੜਾਈ, ਮਾਰ ਕਟਾਈ ਔਰ ਸਸਪੈਂਸ ਸੀ। ਔਰ ਇਸ ਤੋਂ ਇਲਾਵਾ ਪਾਣੀ ਦਾ ਮੌਜੂ ਕਿਆਮੇ ਪਾਕਿਸਤਾਨ ਤੋਂ ਕਬਲ ਜਦੋਂ ਬਰਸਗੀਰ 'ਤੇ ਹਿੰਦੂਆਂ ਔਰ ਮੁਸਲਮਾਨਾਂ 'ਤੇ ਅੰਗਰੇਜ਼ ਹਕੂਮਤ ਕਰਦੇ ਸਨ ਔਰ ਹਿੰਦੂ ਔਰ ਮੁਸਲਮਾਨ ਉਹਨਾਂ ਦੇ ਗੁਲਾਮ ਸਨ, ਇਸ ਨੂੰ ਮੌਜੂ ਬਣਾਇਆ ਗਿਆ ਸੀ। ਇਸ ਫਿਲਮ ਦੇ ਅੰਦਰ ਅਦਾਕਾਰ ਇਕਬਾਲ ਹਸਨ ਨੇ ਸਿੱਖ ਦਾ ਰੋਲ ਕੀਤਾ ਔਰ ਬੜਾ ਹੀ ਸ਼ਾਨਦਾਰ ਔਰ ਬੜਾ ਹੀ ਕੜਾਕੇਦਾਰ ਉਹਨਾਂ ਨੇ ਰੋਲ ਕੀਤਾ ਸਿੱਖ ਦੇ ਰੋਲ ਵਾਸਤੇ। ਵੈਸੇ ਹੀ ਤੁਹਾਨੂੰ ਪਤਾ ਇਕਬਾਲ ਹਸਨ ਮਸ਼ਹੂਰ ਸਨ, ਉਹਨਾਂ ਨੇ ਬੜਾ ਅੱਛਾ ਰੋਲ ਕੀਤਾ। ਔਰ ਅਲਿਆਸ ਕਸ਼ਮੀਰੀ ਨੇ ਅੰਗਰੇਜ਼ ਨੈਲ ਦੇ ਰੂਪ ਵਿੱਚ ਬੜਾ ਹੀ ਅੱਛਾ ਔਰ ਬੜਾ ਹੀ ਵਰਸਟਾਈਲ ਕੰਮ ਕੀਤਾ ਹੈ। ਇਸ ਫਿਲਮ ਦੇ ਅਦਾਕਾਰ ਸੁਲਤਾਨ ਰਹੀ, ਅਕਬਰ, ਮੁਮਤਾਜ਼, ਸ਼ਾਹਿਦ, ਇਕਬਾਲ ਹਸਨ, ਨਾਜ਼ਲੀ, ਬਦਰ ਮਨੀਰ, ਨਨਾ, ਖਲੀਫਾ, ਨਜ਼ੀਰ ਔਰ ਅਦਾਕਾਰ ਸਾਵਨ। ਹਦਿਆਤ ਖਲੀਫਾ ਸਈਦ ਅਹਿਮਦ, ਫਿਲਮ ਸਾਜ਼ ਕਾਜ਼ੀ ਜਹਾਂਗੀਰ ਖਾਨ ਔਰ ਮੌਸੀਕੀ ਦਿੱਤੀ ਹੈ ਕਮਾਲ ਅਹਿਮਦ ਨੇ। ਨਾਜ਼ਰੀਨ, ਅਗਰ ਤੁਹਾਨੂੰ ਮੇਰੀ ਮਾਲੂਮਾਤ ਅੱਛੀ ਲੱਗੀ ਹੋਵੇ ਮੇਰੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ। ਤੁਹਾਡਾ ਬਹੁਤ ਸ਼ੁਕਰੀਆ।